ਸਤਿ ਸ਼੍ਰੀ ਅਕਾਲ ਗਾਈਸ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡੇ? ਗੁੱਡ ਆਫਟਰਨੂਨ ਐਵਰੀਬਡੀ। ਅੱਜ ਬਹੁਤ ਦਿਨ ਹੋ ਗਏ ਯਾਰ, ਥੋੜ੍ਹੀ ਤਬੀਅਤ ਹੀ ਖਰਾਬ ਸੀ। ਸੋ ਆਮ ਨੋਟ ਕਮ ਇਨ ਦ ਸਕਰੀਨ, ਆਮ ਨੋਟ ਕਮ ਟੂ ਮੇਕ ਦ ਵੀਡੀਓਜ਼। ਆਪਣੇ ਦੇਖਾ ਹੋਗਾ ਕਾਫੀ ਸਾਰੀ ਵੀਡੀਓਜ਼ ਮੈਂ ਥਾ ਨਹੀਂ। ਆਈ ਹੈਡ ਫੀਵਰ, ਆਈ ਵਾਜ਼ ਨੋਟ ਵੈਲ, ਆਈ ਵਾਜ਼ ਐਟ ਬੈੱਡ ਰੈਸਟ ਫੋਰ ਕਪਲ ਆਫ ਡੇਜ਼। ਆਈ ਥਿੰਕ 2 ਹਫ਼ਤੇ ਐਸੇ ਹੀ ਨਿਕਲ ਗਏ। ਅਭੀ ਵੀ ਜਾ ਕੇ ਥੋੜ੍ਹੀ ਸੀ ਹਾਲਤ ਠੀਕ ਹੋਈ ਹੈ। ਸੋ ਆਮ ਬੈਕ ਐਟ ਵਰਕ, ਲੱਗ ਗਏ ਹਾਂ ਬਾਈ ਜ਼ੋਰੋ ਸ਼ੋਰੋ ਸੇ। ਤੋ ਮੇਰੇ ਪਿੱਛੇ ਖੜੀ ਹੈ ਕੀਆ ਸੋਨੇਟ। ਸੋ ਗਾੜੀ ਬਿਲਕੁਲ ਬ੍ਰਾਂਡ ਨਿਊ ਹੈ। ਕਸਟਮਰ ਸੇ ਇੱਕ ਪੈਨਲ ਲੱਗ ਗਿਆ ਥਾ ਪਿੱਛੇ, ਦਰਵਾਜ਼ਾ ਲੱਗ ਗਿਆ ਥਾ। ਉਸ ਤੋਂ ਉਸ ਦਰਵਾਜ਼ੇ ਕੋ ਹਮਨੇ ਡੈਂਟਿੰਗ ਕੀ ਹੈ, ਰਿਪੇਅਰ ਕੀ ਹੈ ਕੰਪਲੀਟ, ਔਰ ਉਸਕੇ ਵੀ ਲਾਗਸ ਵੀ ਕੰਪਲੀਟ ਰਿਪੇਅਰ ਕਰਕੇ ਹਮਨੇ ਪੇਂਟ ਕੀ ਹੈ। ਨਏ ਪੀਸ ਨਹੀਂ ਲਗਾਏ, ਵਹੀ ਪੀਸ ਹਮਨੇ ਰਿਪੇਅਰ ਕਰਕੇ ਵੈਲਡਿੰਗ ਕਰਕੇ ਸਾਰੇ ਜੋੜੇ ਹੈ, ਔਰ ਉਸੀ ਕੋ ਪੇਂਟ ਕੀ ਹੈ। ਚੈੱਕ ਆਊਟ ਦ ਫਿਨਿਸ਼ ਗਾਈਸ। ਬਿਲਕੁਲ ਐਕੂਰੇਸੀ ਸੇ ਬੰਪਰ ਪੂਰਾ ਕੰਪਲੀਟ ਪੇਂਟ ਮੈਚ ਕੀਆ ਹਮਨੇ, ਬਿਲਕੁਲ ਵੀ ਕੋਈ ਕਮੀ ਪੇਸ਼ੀ ਨਹੀਂ ਲੱਗ ਰਹੀ, ਬਿਲਕੁਲ ਪੇਂਟ ਮੈਚ ਹੈ। ਚੈੱਕ ਆਊਟ ਬੋਥ ਦ ਪੈਨਲਸ, ਦੋਨੋ ਸਾਈਡ ਸਾਰਾ ਚੈੱਕ ਕਰ ਲਓ, ਕੰਪਲੀਟ ਪੇਂਟ ਮੈਚ ਹੈ। ਸਾਰੀ ਫਿਟਿੰਗ ਖੋਲ ਕੇ ਹਮਨੇ ਪੇਂਟ ਕੀਆ ਇਸਕੋ, ਇਸਕੀ ਕੰਪਲੀਟ ਡੈਂਟਿੰਗ ਹੋਈ ਹੈ, ਉਸਕੇ ਬਾਅਦ ਉਸਕੀ ਪੇਂਟਿੰਗ ਹੋਈ ਹੈ। ਐਂਡ ਆਲ ਦੀਸ ਪੀਸਿਸ ਹੈਵ ਬੀਨ ਰਿਪੇਅਰਡ ਪੇਂਟਿਡ ਅਗੇਨ ਜਸਟ ਟੂ ਗਿਵ ਇਟ ਅ ਵੈਰੀ ਫਰੈਸ਼ ਲੁੱਕ। ਸੋ ਗਾਈਸ, ਜ਼ਿਆਦਾ ਕੰਮ ਨਹੀਂ ਕੀਆ ਇਸ ਗਾੜੀ ਪੇ, ਥੋੜ੍ਹਾ ਸਾ ਕੰਮ ਕੀਆ। ਜਸਟ ਵਾਂਟਡ ਟੂ ਸ਼ੋਅ ਯੂ ਦ ਪਰਫੈਕਸ਼ਨ ਇਨ ਨਈ ਗਾੜੀ ਨੂੰ, ਪੁਰਾਣੀ ਗਾੜੀ ਨੂੰ। ਵੀ ਡੂ ਆਲ ਦ ਵਰਕਸ ਫੋਰ ਆਲ ਦ ਕਾਰਸ। ਥੈਂਕ ਯੂ ਫੋਰ ਵਾਚਿੰਗ ਗਾਈਸ, ਥੈਂਕ ਯੂ, ਚੀਅਰਸ।